ਬਾਬੇ ਦੀ ਕਿਰਪਾ ਹੋਈ, ਬਾਈ ਇੰਦਰਜੀਤ ਸਿੰਘ ਖਾਲਸਾ ਉਹਨਾਂ ਦੇ ਘਰ ਪਹੁੰਚਿਆ। ਬਾਈ ਪਰਮਿੰਦਰ ਦੇ ਘੋੜੇ ਦੀ ਵੀਡੀਓ ਬਣਾਉਣ ਲੱਗਿਆ ਸੱਜਣੋ, ਪਹਿਲੀ ਗੱਲ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਕਹਿ ਦਿੰਦਾ ਕਿ ਭਰਾ ਮੇਰਿਓ, ਇਹ ਕੰਮ ਹਜੇ ਵੀ ਮੈਂ ਕੋਈ ਪ੍ਰੋਫੈਸ਼ਨਲੀ ਘੋੜਿਆਂ ਦਾ ਸ਼ੁਰੂ ਨਹੀਂ ਕੀਤਾ। ਜੇ ਕਿਸੇ ਵੀ ਬੰਦੇ ਨੂੰ ਐਂ ਲੱਗੇ ਵੀ ਲੋਪੋ ਵਾਲਾ ਪਤਾ ਨਹੀਂ ਘੋੜਿਆਂ ਦੀਆਂ ਵੀਡੀਓ ਬਣਾਉਣ ਲੱਗ ਗਿਆ, ਨਾ ਘੋੜਿਆਂ ਵਾਲਿਆਂ ਨੂੰ ਵੀਡੀਓ ਬਣਾਉਣ ਵਾਲਿਆਂ ਦੀ ਕਮੀ ਹੈ ਅਤੇ ਨਾ ਸੱਜਣੋ, ਮੈਨੂੰ ਦਾਤੇ ਨੇ ਕੰਮ ਦੀ ਛੱਡੀ ਹੈ। ਮੇਰਾ ਕੋਈ ਇਰਾਦਾ ਨਹੀਂ, ਕੋਈ ਇੱਧਰਲੇ ਧੰਦੇ 'ਚੋਂ ਕਮਾਈ ਕਰਨ ਦਾ ਇਰਾਦਾ ਨੀਗਾ। ਇਸ ਕਰਕੇ ਆਹ ਵੀਡੀਓ ਦੇਖ ਕੇ ਕੋਈ ਘੋੜਿਆਂ ਵਾਲਾ ਭੈਣ ਭਾਈ ਮੈਨੂੰ ਘੋੜੇ ਦੀ ਵੀਡੀਓ ਵਾਸਤੇ ਫੋਨ ਨਾ ਲਾਵੇ ਸੱਜਣੋ। ਬਾਕੀ ਮੈਂ ਜੋ ਕੀ ਲੈ ਕੇ ਕਿਵੇਂ ਇਹ ਵੀਡੀਓ ਕੀਤੀ ਆ ਬਾਈ ਪਰਮਿੰਦਰ ਨੂੰ ਤੁਸੀਂ ਫੋਨ ਲਾ ਕੇ ਪੁੱਛ ਲਿਓ। ਆਹ ਬੱਚਾ ਇਹ ਮੇਰੇ ਹੱਥਾਂ ਦੇ ਵਿੱਚ ਸਮਝ ਲਓ ਪਲਿਆ, ਇਸ ਬੱਚੇ ਨਾਲ ਮੇਰਾ ਪਿਆਰ ਹੈ। ਇਹ ਬੱਚਾ ਜਿੱਦੇ ਜੰਮਿਆ ਸੀ ਮੈਂ ਉਦੋਂ ਬਾਈ ਪਰਮਿੰਦਰ ਨੂੰ ਆਖਿਆ ਸੀ, ਪਰਮਿੰਦਰ ਇਹਦੇ ਮੱਥੇ 'ਤੇ 1947 ਵੇਲੇ ਤੋਂ ਪਹਿਲਾਂ, ਜਿਹੜਾ ਵੰਡ ਤੋਂ ਪਹਿਲਾਂ ਭਾਰਤ ਹੁੰਦਾ ਸੀ, ਉਸ ਭਾਰਤ ਦਾ ਨਕਸ਼ਾ ਬਣਿਆ ਹੋਇਆ ਇਹਦੇ ਮੱਥੇ 'ਤੇ। ਪਰ ਉਦੋਂ ਤੱਕ ਬਾਈ ਹੁਣਾਂ ਨੇ ਇਹਦਾ ਨਾਂ ਰੱਖਤਾ ਸੀ ਸੰਗਵਾਜ। ਨਹੀਂ, ਮੇਰਾ ਇਰਾਦਾ ਸੀ ਇਹਦਾ ਨਾਂ ਰੱਖਣ ਦਾ ਲਾਹੌਰ। ਮੈਂ ਤੁਹਾਨੂੰ ਕਹਿੰਦਾ ਸੀ, ਮੈਂ ਕਹਿੰਦਾ ਨਾਂ ਆਪਾਂ ਲਾਹੌਰ ਰੱਖ ਦਈਏ। ਦੂਜਾ ਭਾਈ, ਇਹ ਬੱਚਾ ਨਾ ਜਿਹੜਾ, ਇਹ ਬੱਚਾ ਸੀ ਸਾਡੇ ਘੋੜੇ ਦਾ, ਭਾਦਲੇ ਵਾਲੇ ਘੋੜੇ, ਬਾਜ ਘੋੜੇ ਦਾ ਬੱਚਾ, ਮਤਲਬ ਸਾਡੇ ਹੱਥਾਂ ਦੇ ਵਿੱਚ ਜੰਮਿਆ, ਹੱਥਾਂ ਦੇ ਵਿੱਚ ਪਲਿਆ। ਆਹ ਮੈਂ ਤੁਹਾਨੂੰ ਆਪਦੀ ਇੱਕ ਕਲਿੱਪ ਲਾਉਂਦਾ, ਉਦੋਂ ਮੇਰਾ ਭਾਰ ਵਾਹਵਾ ਹੁੰਦਾ ਸੀ, ਨਾਲੇ ਭਾਰ ਵੇਖਿਓ। ਆਹ ਦੇਖੋ, ਇਹ ਮੇਰੇ ਨਾਲ ਖੇਡੀ ਜਾਂਦਾ ਸੱਜਣੋ। ਇੱਥੇ ਮਾਲਕ ਦੀ ਕਿਰਪਾ ਨਾਲ ਦਿਨਾਂ ਦੇ ਵਿੱਚ ਇਹ ਬੱਚਾ ਜਵਾਨ ਹੋ ਗਿਆ, ਹਜੇ 4 ਦੰਦ ਹੋਇਆ ਨਹੀਂ ਹੋਣਾ। ਇਹ ਆਪਣੇ ਪੋਰਸ ਦੇ ਉਮਰ ਦੇ ਲਵੇ ਤਵੇ ਜਿਹਾ, ਪੋਰਸ ਤੋਂ ਇਹ ਥੋੜ੍ਹਾ ਜਿਹਾ ਵੱਡਾ। ਆ 5 ਸਤੰਬਰ ਨੂੰ ਟੀਚਰ ਡੇ ਵਾਲੇ ਦਿਨ ਇਹਨੇ ਆਪਣੇ ਪੋਰਸ ਨੇ 3 ਸਾਲਾਂ ਦਾ ਹੋ ਜਾਣਾ, ਅਤੇ ਇਹ ਜਿੰਨਾ ਕੁ ਮੇਰਾ ਅੰਦਾਜ਼ਾ ਵੀ 2-2.5 ਮਹੀਨੇ ਵੱਡਾ ਹੋਊਗਾ, ਤਾਂ ਇਹ 3.25 ਸਾਲਾਂ ਦਾ ਹੋ ਗਿਆ ਹੋਊਗਾ। ਬਾਈ ਪਰਮਿੰਦਰ ਹੋਣਾ ਨੇ ਇਹਨੂੰ ਹੁਣ ਓਪਨ ਫੋਰ ਸਟੱਡ ਸਰਵਿਸ ਵਾਸਤੇ ਓਪਨ ਕਰਤਾ। ਭਾਦਲੇ ਵਾਲੇ ਬਾਜ ਦਾ ਬੱਚਾ, ਭਾਦਲੇ ਵਾਲਾ ਬਾਜ ਸੱਜਣੋ ਸੀਗਾ ਸ਼ਾਨਦਾਰ ਦਾ, ਅਤੇ ਸ਼ਾਨਦਾਰ ਤੁਹਾਨੂੰ ਪਤਾ ਮੈਂ ਭੁੱਲਿਆ ਜਾ ਫਿਰਦਾ, ਮੈਨੂੰ ਸ਼ੱਕ ਪੈਂਦੀ ਆ, ਅਲੀ ਸ਼ਾਨ ਦਾ ਬੱਚਾ ਅਤੇ ਅਲੀ ਸ਼ਾਨ ਤੂਫਾਨ ਦਾ, ਤੁਹਾਨੂੰ ਪਤਾ ਇਹ ਪਿਓ ਵਾਲੇ ਪਾਸਿਓਂ ਆ ਗਿਆ ਤੂਫਾਨ ਲਾਈਨ 'ਚੋਂ, ਅਤੇ ਮਾਂ ਵਾਲੇ ਪਾਸਿਓਂ ਸੱਜਣੋ ਮੈਨੂੰ ਬਾਈ ਪਰਮਿੰਦਰ ਨੇ ਦੱਸਿਆ ਘੋੜੀ ਇਹਨਾਂ ਦੇ ਘਰ ਹੀ ਹੈ। ਬਾਈ ਪਰਮਿੰਦਰ ਹੁਣੀ ਦੱਸਦੇ ਆ ਕਿ ਬਾਈ ਜਿਹੜਾ ਜਸਵੀਰ ਆ ਨਾ, ਬਾਈ ਜਗਰਾਉਂ ਵਾਲਾ, ਉਹਦੇ ਕੋਲ ਡਾਇਮੰਡ ਘੋੜਾ ਹੈ। ਬਾਈ ਹੁਣੀ ਦੱਸਦੇ ਆ ਵੀ ਉਹਦੀ ਬੱਚੀ ਹੈ ਇਹਦੀ ਮਾਂ, ਅਤੇ ਉਹ ਡਾਇਮੰਡ ਹੈਗਾ ਜਿਹੜਾ ਉਹ ਨਾਗ ਦਾ ਸੱਜਣੋ, ਮਤਲਬ ਉਹ ਮੱਝੂ ਕਿਆਂ ਵਾਲੇ ਪਾਸਿਓਂ ਆ, ਇਹਦੀ ਮਾਂ ਮੱਝੂ ਕਿਆਂ ਵਾਲੇ ਪਾਸਿਓਂ ਆ, ਅਤੇ ਬਾਪ ਇਹਦਾ ਤੂਫਾਨ ਲਾਈਂਦਾ, ਅਤੇ ਬੱਚਾ ਸੋਹਣਾ ਬੜਾ ਇਹਦੀ, ਤੁਸੀਂ ਮਤਲਬ ਇੱਕ ਪਰਫੈਕਟ ਅਥਲੀਟ ਬੋਡੀ ਆ ਬੱਚੇ ਦੀ, ਬੜਾ ਮਜ਼ਬੂਤ ਆ, ਬੜਾ ਸ਼ਾਨਦਾਰ ਆ, ਬੜਾ ਸ਼ਾਂਤ ਸੁਭਾਅ ਦਾ ਬੱਚਾ ਏ, ਸੋਹਣਾ। ਇਹਦਾ ਬਾਪ ਦਾ, ਇਹਦੇ ਬਾਪ ਦਾ ਕੱਦ ਬਹੁਤ ਸੀ, ਭਾਰਤ ਦੇ ਸਭ ਤੋਂ ਉੱਚੇ ਮਾਰਵਾੜੀ ਘੋੜਿਆਂ ਦੇ ਵਿੱਚੋਂ ਸੀ ਇਹਦਾ ਬਾਪ, ਅਤੇ ਆਪ ਵੀ ਇਹ ਬਹੁਤ ਚੰਗਾ ਕੱਦ ਕਰ ਰਿਹਾ, ਅਤੇ ਹੋਰ ਵੀ ਕੱਦ ਕਰ ਜੂਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ, ਹੋਰ ਵੀ ਵੱਡਾ ਹੋ ਜੂਗਾ ਘੋੜਾ। ਜੇ ਕੋਈ ਵੀ ਸੱਜਣ ਜਾ ਕੇ ਗੇੜਾ ਗੂੜਾ ਮਾਰਨਾ ਚਾਹੁੰਦਾ ਹੋਵੇ, ਜਾ ਕੇ ਵੀ ਮਾਰਿਆ ਉਹ। ਇਹਦਾ ਨਾਂ ਸੰਗਵਾਜ ਆ ਸੱਜਣੋ,
ਇਸ ਬੱਚੇ ਦਾ, ਬਾਜ ਦਾ ਭਾਦਲੇ ਵਾਲੇ ਦਾ ਬੱਚਾ ਇਹ। ਆ ਤੁਸੀਂ ਦੇਖੋਗੇ ਪੱਟਾਂ ਪੁੱਟਾਂ ਦਾ, ਪਿਛਲੇ ਪੁੱਠੇ ਪੱਠੇ ਦਾ, ਨਾਲੇ ਗਰਮੀ ਲੰਘ ਕੇ ਗਈ ਆ ਥੋੜ੍ਹਾ ਜਿਹਾ। ਗਰਮੀਆਂ ਦੇ ਵਿੱਚ ਤੁਹਾਨੂੰ ਪਤਾ ਵੀ ਥੋੜ੍ਹੀ ਜਿਹੀ ਖੁਰਾਕ ਆਪਾਂ ਨੂੰ ਘੱਟ ਰੱਖਣੀ ਪੈਂਦੀ ਹੈ ਵੀ ਢਿੱਲੇ ਮੱਠੇ ਨਾ ਹੋ ਜਾਣ। ਮੁਰਲੇ ਸਿਆਲਾਂ 'ਚ ਤਾਂ ਇਹਨੇ ਬਣ ਜਾਣਾ ਪੂਰਾ ਵਧੀਆ ਘੋੜਾ। ਜੇ ਕੋਈ ਵੀ ਸੱਜਣ ਸਟੱਡ ਸਰਵਿਸ ਲੈਣੀ ਚਾਹੁੰਦਾ ਹੋਵੇ ਤਾਂ ਬਾਈ ਜੀ ਹੁਣਾਂ ਨੇ ਤੁਹਾਨੂੰ ਖੁੱਲ੍ਹਾ ਸੱਦਾ ਦਿੱਤਾ। ਤਖਤੂਪੁਰਾ ਪਿੰਡ ਆ, ਨਿਹਾਲ ਸਿੰਘ ਵਾਲਾ ਦੇ ਬਿਲਕੁਲ ਕੋਲੇ ਪਿੰਡ ਹੈ। ਆ ਬਾਈ ਨਿੰਜਾ ਅਤੇ ਬਾਈ ਇੰਦਰ ਨਿੱਕੀ ਬੱਧਨੀ ਵਾਲਾ, ਇਹਨਾਂ ਦਾ ਧੰਨਵਾਦ ਕਰਦੇ ਹਾਂ। ਇਹ ਘੋੜੇ ਨੂੰ ਫਿਰ ਫਲਮਾਉਣ ਮੇਰੀ ਮਦਦ ਕਰਨ ਵਾਸਤੇ ਆਏ ਸੀ। ਤਖਤੂਪੁਰੇ ਦੇ ਵਿੱਚ ਜੇ ਤੁਸੀਂ ਪਿੰਡੋਂ ਬਾਹਰ ਬਾਹਰ ਇੱਕ ਪ੍ਰੀ ਵੈਡਿੰਗ ਦੀ ਲੋਕੇਸ਼ਨ ਬਣੀ ਆ, ਉੱਧਰਲੇ ਪਾਸੇ ਨੂੰ ਪਿੰਡੋਂ ਬਾਹਰ ਬਾਹਰ ਘਰ ਹੈ ਸੱਜਣੋ ਬਾਈ ਹੋਣਾ ਦਾ, ਅਤੇ ਡਾਕਟਰ ਆਉਣ ਜਾਣ ਦੀ ਪੂਰੀ ਸੁਵਿਧਾ ਹੈਗੀ ਆ। ਬੱਚਾ ਪੂਰਾ ਸੋਹਣਾ ਹੈਗਾ, ਫੀਸ ਫੂਸ ਦਾ ਬਹੁਤ ਜ਼ਿਆਦਾ ਲਾਲਚ ਨਹੀਂ ਕਰਨਗੇ, ਕਿਉਂਕਿ ਬਾਈ ਪਰਮਿੰਦਰ ਬਹੁਤ ਪਿਆਰਾ ਸੱਜਣਾ। ਅਸਲ ਦੇ ਵਿੱਚ ਬਾਈ ਪਰਮਿੰਦਰ ਦੇ ਡੈਡੀ ਨੂੰ, ਇੰਦਰਜੀਤ ਸਿੰਘ ਖਾਲਸਾ ਜੀ ਨੂੰ, ਬਹੁਤ ਸ਼ੌਂਕ ਆ ਘੋੜਿਆਂ ਦਾ। ਉਹ ਬਾਹਰਲੇ ਮੁਲਕ 'ਚ ਵੱਸਦੇ ਆ, ਉਹ ਉੱਧਰੋਂ ਫਿਰ ਪਰਮਿੰਦਰ ਨੂੰ ਕਹਿੰਦੇ ਆ। ਪਰਮਿੰਦਰ ਆਪਣੇ ਪੁੱਤਰ ਦਾ ਅਤੇ ਆਪਣੇ ਬਾਪ ਦਾ ਜਿਹੜਾ ਸ਼ੌਂਕ ਆ ਉਹ ਪਾਲ ਰਿਹਾ। ਅਤੇ ਜੇ ਕੋਈ ਵੀ ਸੱਜਣ ਨੂੰ ਸ਼ੌਂਕ ਹੋਵੇ ਕਿ ਇਸ ਤਰ੍ਹਾਂ ਦਾ ਬੱਚਾ ਚੰਗੇ ਖਾਨਦਾਨ ਦਾ ਚਾਹੀਦਾ ਤਾਂ ਬਾਈ ਪਰਮਿੰਦਰ ਹੋਣਾ ਨੂੰ ਤੁਸੀਂ ਫੋਨ ਕਰ ਸਕਦੇ ਹਾਂ, ਨੰਬਰ ਤੁਹਾਡੀ ਸਕਰੀਨ 'ਤੇ ਦਿਖਾਈ ਦਿੰਦਾ। ਜੇ ਕਿਸੇ ਵੀ ਸੱਜਣ ਨੂੰ ਘੋੜਾ ਸੋਹਣਾ ਲੱਗਿਆ ਹੋਵੇ ਤਾਂ ਆਪਣਾ ਕਮੈਂਟ ਬਾਕਸ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾ ਕੇ ਜਾਇਓ। ਬਾਕੀ ਵੀਡੀਓ ਕਰਾਉਣ ਵਾਲਾ ਬਾਈ ਕੋਈ ਸੱਜਣ ਫੋਨ ਨਾ ਕਰੇ, ਮੈਂ ਵੀਡੀਓ ਨਹੀਂ ਕਰਦਾ।